शराब नालो चंगा ए हो किन्ना सोना तेनू किन्ना सोना तेनू रब ने बनाया ਪਾਪੂਲਰ ਹੋ ਗਏ ਪੰਜਾਬ ਦਾ ਅਤੇ ਇੰਡੀਆ ਦਾ ਬੱਚਾ ਬੱਚਾ ਤੁਹਾਨੂੰ ਜਾਣਨ ਲੱਗ ਪਿਆ ਦੂਰਦਰਸ਼ਨ ਜਲੰਧਰ 'ਤੇ ਅਸੀਂ ਤੁਹਾਨੂੰ ਨਵੇਂ ਸਾਲ ਦੀ ਸਪੈਸ਼ਲ ਰਿਕਾਰਡਿੰਗ ਲਈ ਵੀ ਪਿਛਲੇ ਸਾਲ ਬੁਲਾਇਆ ਸੀ ਉੱਥੇ ਵੀ ਇੱਕ ਗਾਣਾ ਕੀਤਾ ਸੀ ਜੇ ਤੁਹਾਨੂੰ ਥੋੜ੍ਹੇ ਜਿਹੇ ਹਾਂ ਬਿਲਕੁਲ ਹੈਗਾ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾ ਉਹ ਵੀ ਮੈਂ ਸੁਣਾਵਾਂਗਾ ਜੀ ਉਹ ਦਰਅਸਲ ਜਿਹੜਾ ਲਿਖਿਆ ਆ ਜੀ ਉਹ ਲਿਖਿਆ ਮੇਰੇ ਤਾਇਆ ਜੀ ਨੇ ਸ਼ਕੀਲ ਸਾਹਿਬ ਜੀ ਸਾਹਿਬ ਨੇ ਲਿਖਿਆ ਔਰ ਕੰਪੋਜੀਸ਼ਨ ਵੀ ਉਹਨਾਂ ਦੀ ਹੈ ਔਰ ਬਹੁਤ ਪਸੰਦ ਕੀਤਾ ਗਿਆ ਜੀ ਉਹ ਹਾਂਜੀ ਹਾਂਜੀ ਚਲੋ ਜੀ ਯਾਰ ਆਪਣੇ ਤੋਂ ਜੇ ਜਿੱਤਣੀ ਇਸ਼ਕ ਦੀ ਬਾਜ਼ੀ ਯਾਰ ਕਹੇ ਤੇ ਘੁੰਗਰੂ ਪਾਲੇ ਭਾਵੇਂ ਫਤਵੇ ਲਾਵਣ ਕਾਜ਼ੀ ਲੋਕ ਨਿਆਜ਼ੀ ਰੁੱਸ ਜਾਣ ਪਾ ਜ਼ੁਲਫਾਂ ਤੇਰੀਆਂ ਨੇ ਜ਼ੁਲਫਾਂ ਤੇਰੀਆਂ ਨੇ ਲੁੱਟਿਆ ਜ਼ਮਾਨਾ ਹਾਂ ਜ਼ੁਲਫਾਂ ਤੇਰੀਆਂ ਨੇ ਲੁੱਟਿਆ ਜ਼ਮਾਨਾ ਸਰ 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 ਸਰ
ਇੰਡੀਆ ਇੰਗਲੈਂਡ ਕੈਨੇਡਾ ਪਤਾ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਕਿੱਥੇ ਕਿੱਥੇ ਰਹਿੰਦੇ ਹੈਗੇ ਆ। ਜੀ ਜੀ ਬਿਲਕੁਲ ਸਰ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਕਿ ਸਾਰੇ ਗਾਵਾਂ ਤੋਂ ਅੱਛੀ ਇੱਕ ਪਹਿਚਾਣ ਮਿਲ ਗਈ ਜੀ। ਅੱਛਾ ਜੀ। ਅਤੇ ਬਾਕੀ ਜਿਹੜੇ ਸਟਾਰ ਇਹ ਸ਼ੋਅ ਜਿਹੜਾ ਆ ਰਿਹਾ ਦਾ ਵੋਇਸ, ਇਹ ਆ ਰਿਹਾ ਜੀ ਆਪਣੇ ਸਟਾਰ ਪਲੱਸ 'ਤੇ, ਅਤੇ ਜਿਹੜੇ ਸਟਾਰ ਪਲੱਸ ਦੇ ਕ੍ਰੀਏਟਿਵ ਟੀਮ ਆ ਦਾ ਵੋਇਸ ਦੀ, ਤਨਵੀਰ ਵੀ ਮੇਰਾ ਯਾਰ ਸ਼ੋਅ ਆ, ਤੁਸੀਂ ਆਓ ਇਹਦੇ ਵਿੱਚ ਪਾਰਟੀਸਪੇਟ ਕਰੋ ਕਿ ਸਾਨੂੰ ਹੋਰ ਜ਼ਿਆਦਾ ਸਾਡੇ ਸ਼ੋਅ ਨੂੰ TRP ਮਿਲੇ, ਤੇ ਇਸ ਵਜ੍ਹਾ ਨਾਲ ਜੀ ਮੈਂ ਉਹਦੇ ਵਿੱਚ ਪਰਫੋਰਮ ਕੀਤਾ। ਬਟ ਮੇਰਾ ਕੋਈ ਸਾਰੇ ਗਾਵਾਂ ਤੋਂ ਬਾਅਦ ਕੋਈ ਵੇ ਨਹੀਂ ਸੀ ਜੀ ਇਦਾਂ ਹੋਣ ਦਾ। ਬਾਕੀ ਜਿੱਦਾਂ ਚਲੋ ਕੋਈ ਗੱਲ ਨਹੀਂ, ਦੇਖੋ ਚੈਨਲਾਂ 'ਚ ਵੱਖ ਵੱਖ ਪ੍ਰੋਗਰਾਮ ਹੁੰਦੇ ਰਹਿੰਦੇ ਹੈਗੇ, ਜਿੰਨਾ ਤੁਸੀਂ ਚੈਨਲਾਂ 'ਤੇ ਆਓਗੇ ਉਹਨਾਂ ਤੁਹਾਡੀ ਪ੍ਰਸਿੱਧੀ ਬਣੇਗੀ, ਅਤੇ ਫੇਸ ਵੈਲਿਊ ਵੱਧਦੀ ਹੈਗੀ ਆ, ਅਤੇ ਪਤਾ ਨਹੀਂ ਹੁੰਦਾ ਕਿਹੜੀ ਚੈਨਲ ਦਾ ਕਿਹੜੀ ਪਰਫੋਰਮੈਂਸ ਲੋਕਾਂ ਨੂੰ ਪਸੰਦ ਆਉਣੀ ਹੈ। ਉੱਥੇ ਮੈਨੂੰ ਵੀ ਨਹੀਂ ਸੀ ਪਤਾ, ਜਦੋਂ ਮੈਂ ਕੁਦਰਤੀ ਉਹ ਉਸ ਦਿਨ ਸ਼ਾਮ ਨੂੰ ਦੇਖ ਰਿਹਾ ਸੀ, ਯਕਦਮ ਉਹ ਤੁਹਾਡੀ ਜਦੋਂ ਵੋਇਸ ਸੁਣੀ ਮੈਂ ਵੀ ਸੋਚਿਆ, ਮੈਂ ਕਿਹਾ ਇਹ ਤਾਂ ਤਨਵੀਰ ਹੁਸੈਨ ਦੀ ਵੋਇਸ ਹੈਗਾ। ਉੱਥੇ ਕਿਹੜਾ ਗਾਣੇ ਨੇ ਐਂਟਰੀ ਲਈ ਸੀ ਜਦੋਂ ਬਲਾਈਂਡ ਐਡੀਸ਼ਨ ਹੋਇਆ ਸੀ ਜੀ? ਬਲਾਈਂਡ ਦੇ ਵਿੱਚ ਭਰਦੋ ਜੋਲੀ ਗਾਏ ਸੀ, ਤੁਹਾਨੂੰ ਸੁਣਾਇਆ ਜੀ? ਹਾਂ ਜੀ ਹਾਂ ਜੀ, ਉੱਥੇ ਇਹ ਹੋਈ ਸੀ ਭਰਦੋ ਜੀ ਜੀ, ਉਹ ਬੜਾ ਪਸੰਦ ਕੀਤਾ ਗਿਆ ਉਹਦੇ ਵਿੱਚ। ਬਹੁਤ ਅੱਛਾ। ਉੱਥੇ ਫਿਰ ਜਿਹੜੇ ਜੱਜਸ ਆ ਉਹਨਾਂ ਨਾਲ ਕਿਹੋ ਜਿਹਾ ਇੰਟਰੈਕਸ਼ਨ ਹੈਗਾ ਤੁਹਾਡੀ, ਆਪਣੇ ਜਿਹੜੇ ਟੀਮ ਦੇ ਜੱਜ ਹੈਗੇ ਜੀ? ਬਿਲਕੁਲ, ਮੈਂ ਦੱਸਣਾ ਚਾਹੁੰਦਾ ਕਿ ਕੁਛ ਐਡਿਟ ਜਿਹੜਾ ਮੇਰੀ ਪਰਫੋਰਮੈਂਸ ਦਿਖਾਈ ਆ ਜੀ, ਉਹਦੇ ਵਿੱਚ ਐਡਿਟ ਬਹੁਤ ਜ਼ਿਆਦਾ ਕੀਤਾ ਹੋਇਆ। ਹਾਂਜੀ, ਮੇਰੀ ਪਰਫੋਰਮੈਂਸ ਤਾਂ ਉਹਨਾਂ ਨੇ ਬਿਲਕੁਲ ਕੱਟ ਕਰ ਦਿੱਤੀ ਗਈ ਆ, ਔਰ ਮੈਨੂੰ ਇੱਕ ਜਦੋਂ ਮੈਂ ਗਾ ਕੇ ਆਇਆ ਭਰਦੋ ਜੋਲੀ ਸਟਾਰ ਪਲੱਸ ਤੇ, ਰਹਿਮਾਨ ਸਰ ਦਾ ਕਮੈਂਟ ਮੈਨੂੰ ਜੈਹੋ ਮੂਵਮੈਂਟ ਮਿਲਿਆ, ਬਟ ਉਹ ਚੈਨਲ ਨੇ ਨਹੀਂ ਦਿਖਾਇਆ, ਕੋਈ ਇਸ਼ੂ ਹੋ ਗਿਆ। ਬਾਕੀ ਉਹਨਾਂ ਨੇ ਬਹੁਤ ਅੱਛਾ, ਮੈਨੂੰ ਮੇਰੇ ਲਈ ਬਹੁਤ ਵੱਡੀ ਗੱਲ ਆ, ਹਰ ਆਰਟਿਸਟ ਲਈ ਵੱਡੀ ਗੱਲ ਆ ਕਿ ਰਹਿਮਾਨ ਸਰ ਉਹਨਾਂ ਨੂੰ ਕਮੈਂਟ ਦਿੱਤੇ। ਇੱਕ ਖੁਸ਼ੀ ਦੀ ਗੱਲ ਇਹ ਹੈਗੀ ਰਹਿਮਾਨ ਸਾਹਿਬ ਇੱਕ ਆਪ ਵੀ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਹੈਗੇ ਆ, ਉਹ ਸਾਰੇ ਗਾਣੇ ਸੁਣ ਲਏ ਜੀ ਜੀ। ਔਰ ਫਿਰ ਮੈਂ ਟੀਮ ਅਰਮਾਨ ਦੇ ਵਿੱਚ, ਅਰਮਾਨ ਮਲਿਕ ਨਾਲ ਮੇਰੀ ਗੱਲ ਹੁੰਦੀ ਰਹਿੰਦੀ, ਉਹ ਬਹੁਤ ਅੱਛਾ ਸਪੋਰਟ ਕਰਦੇ ਆ ਜੀ। ਅਦਨਾਨ ਸਾਮੀ ਸਰ, ਹਰਸ਼ਦੀਪ ਹੈ, ਕਨਿਕਾ ਕਪੂਰ ਜੀ ਹੈ, ਮਤਲਬ ਸਾਰਿਆਂ ਨਾਲ ਅੱਛੀ ਇੱਕ ਤਾਲਮੇਲ ਹੋ ਗਿਆ, ਬਹੁਤ ਅੱਛਾ। ਪੰਜਾਬ ਦੇ ਜਿਹੜੇ ਹੈਗੇ ਬਹੁਤ ਸਾਰੇ ਸਿੰਗਰ ਆ, ਫਰੈਸ਼ ਲੜਕੇ ਲੜਕੀਆਂ ਜੀ, ਉਹ ਵੀ ਚਾਹੁੰਦੇ ਆ ਬਾਲੀਵੁੱਡ ਜਾਂ ਸਿੰਗਿੰਗ ਲਾਈਨ ਵਿੱਚ ਆਪਣਾ ਕੈਰੀਅਰ ਬਣਾਉਣੇ ਦੀ, ਉਹਨਾਂ ਨੂੰ ਤੁਸੀਂ ਕਿੱਦਾਂ ਦੀ ਗਾਈਡੈਂਸ ਦੇਣਾ ਚਾਹੁੰਦੇ ਹੋ? ਮੇਰੇ ਅਕੋਰਡਿੰਗ ਜਿੰਨਾ ਮੈਂ ਓਬਜ਼ਰਵ ਕੀਤਾ ਆ, ਮੇਰੇ ਹਿਸਾਬ ਨਾਲ ਕਿ ਜਿਹੜੇ ਸ਼ੋਅ ਦੇ ਵਿੱਚ ਜਾਣਾ ਚਾਹੁੰਦੇ ਹੋ, ਮੇਰੇ ਹਿਸਾਬ ਨਾਲ ਉਹ ਆਪਣਾ ਕੋਈ ਸਿੰਗਲ ਟਰੈਕ ਜਾਂ ਇੱਕ ਅੱਛੇ ਤਰੀਕੇ ਦੇ ਨਾਲ ਖੁਦ ਨੂੰ ਯੂਟਿਊਬ ਤੇ, ਨਹੀਂ ਬਿਲਕੁਲ ਰਿਆਜ਼
ਕੀਤਾ ਹੋਵੇਗਾ, ਕਰਨਾ ਚਾਹੀਦਾ, ਤੇ ਉਹ ਅੱਗੇ ਜਾ ਕੇ ਇੰਨੇ ਕਦਰਦਾਨ ਤਾਂ ਹੈ ਕਿ ਰਿਆਜ਼ੀ ਬੰਦੇ ਨੂੰ ਅੱਗੇ ਤੱਕ ਪਛਾਣ ਜਾਂਦੇ ਹੈ, ਪਹਿਚਾਣ ਜਾਂਦੇ, ਇੰਨਾ ਉਹਨਾਂ ਨੂੰ ਇਲਮ ਹੈ। ਬੰਬੇ ਵਿੱਚ ਫਿਲਮਾਂ ਵਿੱਚ ਗਾਣੇ ਲਈ ਕਿੰਨਾ ਕੁ ਕੰਪੀਟੀਸ਼ਨ ਹੈਗਾ, ਚਾਹੇ ਤੁਸੀਂ ਨਾਮ ਕਮਾ ਵੀ ਲਿਆ ਹੈਗਾ? ਕੰਪੀਟੀਸ਼ਨ ਤਾਂ ਜੀ ਬਹੁਤ ਹੈ। ਬੰਬੇ ਇੱਕ ਐਸੀ ਜਗ੍ਹਾ ਆ ਕਿ ਅਗਰ ਮੈਂ ਪੰਜਾਬ ਤੋਂ ਬਹੁਤ ਅੱਛੇ ਅੱਛੇ ਸਿੰਗਰ ਬੰਬੇ ਆਪਣਾ ਲੱਕ ਅਜ਼ਮਾਉਣ ਲਈ ਜਾਂਦੇ। ਇਸੇ ਤਰ੍ਹਾਂ ਇੰਡੀਆ ਕਿੱਡੀ ਵੱਡੀ ਕੰਟਰੀ ਆ, ਹਰ ਇੱਕ ਸਟੇਟ ਚੋਂ, ਹਰ ਇੱਕ ਪ੍ਰਦੇਸ਼ ਚੋਂ ਸਿੰਗਰ ਜਾਂਦੇ ਉੱਥੇ ਆਪਣਾ ਲੱਕ ਅਜ਼ਮਾਉਣ ਲਈ। ਇਹ ਤਾਂ ਬਸ ਉਹਦੀ ਰਹਿਮਤ ਚਾਹੀਦੀ ਹੈ ਕਿ ਤੁਹਾਨੂੰ ਬਾਲੀਵੁੱਡ 'ਚ ਕੰਮ ਮਿਲ ਜਾਵੇ। ਬਹੁਤ ਅੱਛੀ ਗੱਲ। ਖੈਰ ਇਹ ਜਿਹੜਾ ਹੈਗਾ ਬਾਲੀਵੁੱਡ ਦਾ ਮਿਊਜ਼ਿਕ ਆ ਪੂਰੇ ਵਰਲਡ ਵਿੱਚ ਫੇਮਸ ਹੈਗੇ ਆ, ਅਤੇ ਜਦੋਂ ਵੀ ਕਿਤੇ ਉਹ ਕਈ ਵਾਰੀ ਕੋਈ ਗਾਣਾ ਬਹੁਤ ਹਿੱਟ ਹੋ ਜਾਂਦਾ ਹੈਗਾ ਤਾਂ ਓਵਰ ਨਾਈਟ ਵਰਲਡ 'ਚ ਹੋਰ ਜਿਹੜਾ ਹੈਗਾ ਪਾਪੂਲਰ ਹੋ ਜਾਂਦਾ। ਅੱਛਾ ਇੱਕ ਗੱਲ ਹੋਰ ਮੈਨੂੰ ਦੱਸੋ, ਭਵਿੱਖ ਵਿੱਚ ਤੁਹਾਡੀ ਕੀ ਪਲੈਨ ਹੈਗੇ ਬਣਾਏ ਹੈਗੇ ਆ, ਕਿ ਕਿਸ ਤਰ੍ਹਾਂ ਦੀ ਤੁਸੀਂ ਜ਼ਿੰਦਗੀ ਲੀਡ ਕਰਨਾ ਚਾਹੁੰਦੇ ਹੋ? ਭਵਿੱਖ ਦੇ ਵਿੱਚ ਜੀ ਜੋ ਮੇਰਾ ਇੱਕ ਡਰੀਮ ਹੈ, ਹਾਂਜੀ, ਕਿ ਜਿਸ ਤਰ੍ਹਾਂ ਕਿ ਕਵਾਲੀ ਨੂੰ ਇੱਕ ਅੱਛੇ ਹਿਸਾਬ ਦੇ ਨਾਲ ਪ੍ਰਮੋਟ ਨਹੀਂ ਉਹਨੂੰ ਕਰ ਰਿਹਾ ਸ਼ੋਅ ਦੇ ਵਿੱਚ ਵੀ, ਇਹੀ ਰੀਜ਼ਨ ਸੀ ਕਿ ਮੈਂ ਜੋ ਵੀ ਹੈ ਸਾਡੇ ਘਰਾਣੇ ਦੀ ਗੱਲ ਆ ਜੀ, ਚਾਹੇ ਉਹ ਕਵਾਲੀ ਹੋਵੇ, ਚਾਹੇ ਉਹ ਕਲਾਸੀਕਲ ਹੋਵੇ, ਚਾਹੇ ਕੁਛ ਵੀ ਹੋਵੇ, ਉਹਨੂੰ ਇੱਕ ਅੱਛੇ ਮੁਕਾਮ 'ਤੇ, ਜਿਸ ਤਰ੍ਹਾਂ ਕਿ ਖਾਨ ਸਾਹਿਬ, ਨੁਸਰਤ ਫਤਿਹ ਅਲੀ ਖਾਨ ਸਾਹਿਬ ਆ, ਉਹਨਾਂ ਨੇ ਪਾਕਿਸਤਾਨ ਦਾ ਨਾਮ ਰੀਪ੍ਰਜੈਂਟ ਕੀਤਾ ਹੈ ਐਜ਼ ਕਵਾਲ। ਗਾਇਆ ਤਾਂ ਉਹਨਾਂ ਨੇ ਹਰ ਕੁਛ ਹੈ, ਸਭ ਕੁਛ ਗਾ ਲਿਆ, ਖਿਆਲ ਹੋਵੇ ਚਾਹੇ ਕੁਛ ਹੋਵੇ। ਬਕਾਇਦਾ ਕਿ ਪੰਜਾਬ ਚੋਂ ਜਾਂ ਇੰਡੀਆ ਚੋਂ ਐਸਾ ਕੋਈ ਕਵਾਲ ਨਹੀਂ ਰੀਪ੍ਰਜੈਂਟ ਕੀਤਾ ਇੰਡੀਆ ਨੂੰ। ਮੈਂ ਚਾਹੁੰਦਾ ਕਿ ਮੈਂ ਉਹਨਾਂ ਦੀ ਜੋ, ਕਿਉਂਕਿ ਉਹ ਮੇਰੇ ਰੂਹਾਨੀ ਉਸਤਾਦ ਵੀ ਨੇ, ਤੇ ਜੋ ਉਹਨਾਂ ਦੀਆਂ ਚੀਜ਼ਾਂ ਆ ਉਹ ਮੈਂ ਲੈ ਕੇ, ਜਿਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ, ਇਸ ਤਰ੍ਹਾਂ ਮੈਂ ਪੰਜਾਬ ਦਾ, ਇੰਡੀਆ ਦਾ ਨਾਮ, ਹਾਂ, ਆਪਣੇ ਸਾਡੇ ਸ਼ਹਿਰ ਦਾ, ਫਿਲੌਰ ਦਾ ਨਾਮ ਰੋਸ਼ਨ ਕਰਾਂ ਜੀ। ਘਰੋਂ ਕਿੰਨਾ ਕੁ ਸਹਿਯੋਗ ਮਿਲਦਾ ਸਾਰੇ ਬਾਕੀ ਭੈਣ ਭਰਾਵਾਂ ਦਾ, ਹੋਰ ਪੇਰੈਂਟਸ ਦਾ? ਘਰੋਂ ਕਹਿ ਸਕਦੇ ਹਾਂ ਜੀ, ਸਾਡਾ ਕੰਮ ਇਹੀ ਕੀਤਾ ਇਹੀ ਆ, ਤੇ ਬਾਕੀ ਫੈਮਿਲੀ ਦੇ ਵਿੱਚ ਗਾਣਾ ਸਾਡੀ ਚੌਥੀ ਪੀੜ੍ਹੀ ਹੈ ਜੀ ਕਵਾਲੀ ਦੇ ਵਿੱਚ, ਮਿਊਜ਼ਿਕ ਦੇ ਵਿੱਚ ਹੈ, ਤੇ ਫਿਰ ਘਰੋਂ ਤਾਂ ਫੁੱਲ ਸਪੋਰਟ ਹੈ ਜੀ। ਬਹੁਤ ਅੱਛੀ ਹੈ। ਚਲੋ ਹੁਣ ਲਾਸਟ ਵਿੱਚ ਜਿਹੜਾ ਤੁਹਾਡਾ ਇੱਕ ਮਨ ਪਸੰਦ ਦਾ ਹੈਗਾ ਆਈਟਮ ਕਵਾਲੀ ਜਾਂ ਹੋਰ, ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਫਿਰ ਅਖੀਰ 'ਚ ਸਤਾਨੀ 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 ਗੰਭੀਰ।